بسم اللہ الرحمن الرحیم السلام علیکم ورحمۃ اللہ وبرکاتہ ਤੁਸੀਂ ਵੇਖ ਰਹੇ ਹੋ ਮੈਰ ਮੇਰਾ ਪਾਕਿਸਤਾਨ YouTube ਚੈਨਲ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਕੈਸਰ ਮਹਮੂਦ ਅੱਜ ਮੈਂ ਆਪਣੇ ਪਿੰਡ ਵਿੱਚ ਮੌਜੂਦ ਹਾਂ ਤੇ ਅੱਜ ਮੈਂ ਤੁਹਾਨੂੰ ਇਸ ਘਰ ਲੈ ਕੇ ਆਇਆ ਤੇ ਇਹ ਘਰ ਇੱਕ ਮਾਈ ਹਰੀ ਨੇ ਤੇ ਵਡੇਰੇ ਨੇ ਕਾਫੀ ਜ਼ਿਆਦਾ ਤੇ ਇੱਕ ਬਾਬੇ ਹਰੀ ਨੇ ਤੇ ਉਹਨਾਂ ਦਾ ਪੁੱਤਰ ਫੋਟ ਹੋ ਗਿਆ ਇੱਕ ਉਹਨਾਂ ਦਾ ਪੋਤਰਾ ਛੋਟਾ ਜਿਹਾ ਇੱਕ ਉਹਨਾਂ ਦੀ ਪੋਤਰੀ ਹੈ ਤੇ ਉਹਨਾਂ ਨਾਲ ਮੈਂ ਤੁਹਾਨੂੰ ਮਿਲਾਵਾਂ ਦਾ ਇਹ ਉਹਨਾਂ ਦਾ ਘਰ ਹੈ ਤੇ ਮੈਂ ਘਰ ਦਾ ਤੁਹਾਨੂੰ ਵਿਜ਼ਿਟ ਕਰਾਵਾਂ ਦਾ ਇਹ ਮੈਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਇਹਨਾਂ ਦੇ ਹਾਲਾਤ ਬੜੇ ਜ਼ਿਆਦਾ ਖਰਾਬ ਏ مالی ਹਾਲਾਤ ਤੇ ਮੈਂ ਜਿੰਨਾ ਕੁ ਮੇਰੇ ਕੋ ਹੋ ਸਕਿਆ ਹੈ ਜਾਂ ਜਿੰਨਾ ਕੁ ਮੈਂ ਕਰ ਸਕਦਾ ਹਾਂ ਮੈਂ ਵੀ ਕੰਮ ਬੰਦਾ ਤੇ ਮੈਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਇਹ ਸਿਰਫ ਵੀਡੀਓ ਮੈਂ ਇਸ ਗੱਲੇ ਬਣਾਣਾ ਪਏ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਮੈਂ ਸ਼ੋਅ ਆਫ ਕਰਾਂ ਸਿਰਫ ਔਰ ਸਿਰਫ ਮਕਸਦ ਇਹ ਹੈ ਕਿ ਅਗਰ ਮੈਂ ਕਿਸੇ ਮਨ ਨੂੰ ਕਿਸੇ ਨੇ ਦੱਸਿਆ ਹੈ ਤੇ ਮੈਂ ਇਹਨਾਂ ਦੀ ਮਦਦ ਕਰਨ ਆਇਆ ਜਿੰਨੀ ਮੇਰੀ ਜਿੰਨੀ ਅੱਲਾਹ ਨੇ ਮੈਨੂੰ ਤਾਫੀਕ ਦਿੱਤੀ ਹੈ ਤੇ ਜੇ ਮੇਰੀ ਵੀਡੀਓ ਵੇਖ ਕੇ ਹੋਰ ਬੰਦੇ ਵੀਡੀਓ ਵੇਖਣ ਦੇ ਤੇ ਕਿਸੇ ਨਾ ਕਿਸੇ ਨੂੰ ਤਹਰੀਕ ਆਵੇ ਦੀ 100 ਵੀ ਬੰਦੇ ਵਿੱਚੋਂ ਇੱਕ ਬੰਦਾ ਇਹਨਾਂ ਦੀ ਮਦਦ ਕਰ ਦੇਦਾ ਤੇ ਇਹਨਾਂ ਦਾ ਭਲਾ ਹੋ ਜੇਦਾ ਤੁਸੀਂ ਵੀਡੀਓ ਵੇਖ ਕੇ ਬੇਸ਼ੱਕ ਗੱਲਾਂ ਕਰੋ ਕ੍ਰਿਟੀਸਾਈਜ਼ ਕਰੋ ਮਨੂ ਦੇ ਨਾਲ ਕੋਈ ਗਰਦ ਨਹੀਂ ਨਾ ਮੈਂ ਸ਼ੋਅ ਆਫ ਕਰਨਾ ਪਾ ਨਾ ਮੈਂ ਐਡਾ ਵੱਡਾ ਅਮੀਰ ਬੰਦਾ ਵਾਂ ਮੈਂ ਇੱਕ ਆਮ ਜਿਹਾ ਬੰਦਾ ਵਾਂ ਤੇ ਲੇਕਿਨ ਜਿੰਨੀ ਵੀ ਮੇਰੇ ਕੋਲ ਤਾਫੀਕ ਹੈ ਮੈਂ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਆਪਣਾ ਨੰਬਰ ਦਵਾਵਾਂ ਦਾ ਤੁਸੀਂ ਅਗਰ ਮੇਰੇ ਨਾਲ ਰਾਬਤਾ ਕਰਨਾ ਚਾਹੋ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਤੇ ਜਿਹੜਾ ਬੰਦਾ ਆਪਣੇ ਪੈਸੇ ਭੇਜੇਦਾ 1 1 ਰੁਪਿਆ ਉਹਨਾਂ ਦਾ ਹਕਦਾਰ ਨੂੰ ਦਿੱਤਾ ਜਾਏਦਾ ਤੇ ਵੀਡੀਓ ਬਣਾ ਕੇ ਤੁਹਾਨੂੰ ਸਬੂਤ ਦਿੱਤਾ ਜਾਏਦਾ ਕਿ ਹਕਦਾਰ ਤਾਈਂ ਹੱਕ ਪਹੁੰਚੇ ਮੇਰਾ ਵੀ ਵੀਡੀਓ ਬਣਾਉਣ ਦਾ ਮਕਸਦ ਇਹ ਹੋਵੇ ਕਿ ਗਰੀਬਾਂ ਦੀ ਅਗਰ ਮੈਂ ਮਦਦ ਕੀਤੀ ਮੇਰੇ ਵੱਲੋਂ ਤਹਰੀਕ ਕਿਸੇ ਨੂੰ ਲੱਭੇ ਮੇਰੇ ਵੱਲ ਵੇਖ ਕੇ ਤੇ ਉਹਨਾਂ ਦੀ ਮਦਦ ਕਰੇ ਤੇ ਉਹਨਾਂ ਸੀ ਅੰਦਰ ਜਾਣੇ ਆ ਤੇ ਤੁਹਾਨੂੰ ਉਹਨਾਂ ਦੇ ਹਾਲਾਤ ਵੀ ਬਖਾਨਨੇ ਆ ਤੇ ਮਾਈਆਂ ਨਾਲ ਗੱਲ ਕਰਾਨੀ ਆ ਆਓ ਜੀ ਆ ਕੈਮਰਾਮੈਨ ਘਰ ਦਾ ਜਿਹੜਾ ਇਹਨਾਂ ਨੂੰ ਦਿਖਾਓ ਇਹਨਾਂ ਦੇ ਕਿਸ ਤਰ੍ਹਾਂ ਦੇ ਮਸਲ ਰਹਿੰਦੇ ਐ ਐ ਮਾ ਜੇ ਵੀ ਇਹਨਾਂ ਨੂੰ ਕਿਸੇ ਨੇ ਦਿੱਤੀ ਏ ਕੁਕੜੀਆਂ ਨੇ ਬੱਕਰੀ ਐਥੇ ਹੈ ਚਾਚੀਰੀ ਬਾਹਰ ਲੈ ਗਏ ਨੇ ਸ਼ਾਇਦ ਤੇ ਉਹ ਸਾਰਾ ਕੁਝ ਕੁਝ ਦੇ ਜਾਂਦਾ ਕੋਈ ਆਉਂਦਾ ਤੇ ਕੋਈ ਦੇ ਜਾਂਦਾ ਇਹਨਾਂ ਦੇ ਹਾਲਾਤ ਦੇ ਘਰ ਦੇ ਹਾਲਾਤ ਵੇਖ ਲਓ ਕੰਧਾਂ ਟਹਿਣ ਵਾਲੀਆਂ ਨੇ ਬੂਹਾ ਵੇਖੋ ਕਿਸ ਤਰ੍ਹਾਂ ਦਾ ਕੀ ਹਾਲਤ ਇਹ ਜ਼ਿੰਦਗੀ گزارਦੇ ਪਏ ਨੇ ਇੱਕ ਇਹਨਾਂ ਦਾ ਕਮਰਾ ਐ ਇੱਕ ਪ੍ਰਾਣਾ ਇਹਨਾਂ ਦਾ ਕਮਰਾ ਦੇਖ ਲਓ ਮਾਈ ਜੀ ਇੱਥੇ ਰਹਿੰਦੇ ਪਏ ਨੇ ਤੇ ਵੇਖ ਸਕਦੇ ਹੋ ਕਿਤਨੇ ਮਸਲ ਗਰੀਬੀ ਵਿੱਚ ਆਪਣਾ ਟਾਈਮ ਪਾਸ ਪੇ ਕਰਦੇ ਨੇ ਆ ਦੇਖ ਲਓ ਤੁਸੀਂ ਇਹਨਾਂ ਦਾ ਕਮਰਾ ਇਹਦੀ ਕੀ ਹਾਲਤ ਹੈ ਮੈਂ ਅੰਦਰ ਵੜ ਕੇ ਤੁਹਾਨੂੰ ਵਹਾਨਾ ਇਹ ਇਹਨਾਂ ਦਾ ਫ੍ਰੀਜੇ ਸਾਡੇ ਵੀਆਈਪੀ ਜਾ ਵੀਆਈਪੀ ਇਹਨੂੰ ਕਹਿੰਦੇ ਨੇ ਕਿਚਨਾਂ ਚ ਫ੍ਰਿਜ ਪੇ ਹੁੰਦੇ ਨੇ ਸਮਾਨ ਸਾਡਾ ਦੇਖ ਲਓ ਇਹ ਸ਼ਾਇਦ ਇਹਨਾਂ ਨੇ ਕਿਚਨ ਬਣਾਇਆ ਜਾਂ ਇੱਥੇ ਮਾਲ ਵੀ ਆਪਣਾ ਮਸ਼ਾਕੇ ਡਕਦੇ ਨੇ ਤੇ ਇਹ ਹਾਲਤ ਤੁਸੀਂ ਵੇਖ ਲਓ ਇਹਨਾਂ ਦੀ ਕਿ ਇਹਨਾਂ ਦੀ ਹਾਲਤ ਹੈ ਆ ਮਾਈ ਜੀ ਨੇ ਇਹਨਾਂ ਨਾਲ ਮੈਂ ਤੁਹਾਨੂੰ ਗੱਲ ਕਰਾਨਾ ਮਾਜੀ ਕਿ ਹਾਲ ਏ ਵਾਣ ਖਾਲੇ ਠੀਕ ਹੋ ਠੀਕ ਹੈ ਤੇ ਕਿਤਨੀ ਉਮਰ ਹੋ ਗਈ ਤੁਹਾਡੀ ਉਹ ਬੋਲਦਾ ਕੋਈ ਪਤਾ ਨਹੀਂ ਕੋਈ ਨਹੀਂ ਪਤਾ ਹਾਂ ਤੇ ਸਿਹਤ ਬਿਅਤ ਸੁਣਿਆ ਮੈਂ ਬਿਮਾਰ ਵੀ ਆਉ ਦਵਾਈ ਲੈਂਦੇ ਮਾਰੋ ਹਾਂ ਤੇ ਬਾਬੇ ਹਰੀ ਕਿੱਥੇ ਨੇ ਬਾਬੇ ਪੱਠੇ ਲੈਣਗੇ ਪੱਠੇ ਲੈਣ ਗਏ ਨੇ ਹਾਂ ਤੇ ਤੁਹਾਡਾ ਜਿਹੜਾ ਨਿੱਕਾ ਹਾ ਉਹ ਫੋਟੋ ਹੋ ਗਿਆ ਹਾਂ ਨਿੱਕਾ ਆ ਉਹ ਦਸਵਾ ਫੋਟੋ ਆਹ ਐ ਮੁੜਾ ਤੁਹਾਡਾ ਤੇ ਐ ਇੱਕ ਜਿਹੜਾ ਤੁਹਾਡੇ ਹੱਥੇ ਇੱਕ ਕੁੜੀ ਤੇ ਮੁੜਾ ਬੱਚਿਆ ਤੇ ਬੱਚੀ ਛੋਟੇ ਨੇ ਉਹ ਪੋਤਰੀ ਪੋਤਰਾ ਤੁਹਾਡੇ ਤੇ ਉਹ ਮੁੜਾ ਫੋਟ ਹੋਇਆ ਤੇ ਕਿਤਨਾ ਦੁੱਖ ਲੱਗਾ ਤੇ ਬਾਅਦ ਵਿੱਚ ਕਿਤਨੀ ਮੁਸ਼ਕਲ ਜ਼ਿੰਦਗੀ ਹੋਈ ਏ ਜ਼ਿੰਦਗੀ ਕੀ ਮੰਨੀ ਜਭਾ ਗਈ ਆ ਨਹੀਂ ਨਹੀਂ ਰੋਣਾ ਨਹੀਂ ਅੱਲਾਹ ਪਾਕ ਖੈਰ ਕਰੇਦਾ ਤੇ ਅਫਸੋਸ ਤੇ ਹੁੰਦਾ ਨਾ ساری ਗੱਲ ਮੁੜਾ ਫੋਟ ਹੋ ਗਿਆ ਐ ਮੈਂ ਮਾਇਆ ਨਾਲ ਕੋਲੇ ਆਇਆ ਤੇ ਮਨੂੰ ਕਿਸੇ ਬੰਦੇ ਦੱਸਿਆ ਇਹਨਾਂ ਦੇ ਹਾਲਾਤ ਤੇ ਮੈਂ ਕੱਲ ਇਹਨਾਂ ਦੇ ਕੋਲੇ ਆਇਆ ਹਾਂ ਤੇ ਇਹਨਾਂ ਨੂੰ ਮੈਂ ਪੁੱਛਿਆ ਮਾਂ ਜੀ ਤੁਹਾਨੂੰ ਕੇ ਚੀਜ਼ ਚਾਹੀਦੀ ਹੈ ਇਹਨਾਂ ਨੇ ਮੈਂ ਵੇਖਿਆ ਸਲੀਪਰ ਪਾਏ ਸਰਦੀਆਂ ਦੇ ਮੌਸਮ ਵਿੱਚ ਜੁੱਤੀਆਂ ਨਾਲ ਕੋ ਕੋਣੀ ਹੀਆਂ ਬੂਟ ਬੰਦ ਕੋਣੀ ਹੈ ਇਹਨਾਂ ਕੋਲ ਇੱਕ ਜੋੜਾ ਬੰਦ ਜੁੱਤੀਆਂ ਦਾ ਮੈਂ ਲੈ ਕੇ ਆਇਆ ਹੋਰ ਇਹਨਾਂ ਕੋ ਪੁੱਛਿਆ ਕੇ ਚੀਜ਼ ਇਹਨਾਂ ਨੂੰ ਚਾਹੀਦੀ ਹੈ ਚੀਨੀ ਜੋਕ ਜੀ ਵੀ ਮੈਨੂੰ ਲਹਾਇਆ ਚੀਨੀ ਸਰਾਫ ਪੱਤੀ ਦਾਲ ਆਰਸ਼ ਹੈ ਚਾਵਲ ਇਹਨਾਂ ਵਾਸਤੇ ਮੈਂ ਲੈ ਕੇ ਆਇਆ ਤੇ ਮਾਂ ਜੀ ਇਹ ਪੂਰੇ ਮਹੀਨੇ ਦਾ ਰਾਸ਼ਨ ਹੈ ਤੁਹਾਡੇ ਕੋਲ ਹੈ ਨਾ ਤੇ ਇਹ ਅੱਲਾਹ ਪਾਕ ਨੇ ਟੋਰਿਆ ਮੈਂ ਕੋਈ ਐਡਾ ਕੋਈ ਮੀਰ ਬੰਦਾ ਕੋਣੀ ਮੈਂ ਇੱਕ ਆਮ ਜਿਹਾ ਬੰਦਾ ਹਾਂ ਰੋਮੇ ਅਮੇਜ਼ਿੰਗ ਹੈ ਨਹੀਂ ਮੈਂ ਕੋਈ امیر ਤੇ ਆਂ ਦਵਾਵਾਂ ਦੀ ਲੋੜ ਹੈ ਬਸ ਤੁਹਾਡੇ ਜੇ ਵਡੇਰੇ ਬੰਦਿਆਂ ਦੀ ਦਵਾਵਾਂ ਵੱਡਾ ਗੱਲ ਬਸ ਦਵਾਕਾਰ ਛੜਿਓ ਮੇਰਾ ਜਿਹੜਾ ਨਾ ਸਦਕਾ ਨਹੀਂ ਕੋਈ ਹੈਰਤ ਨਹੀਂ ਕੋਈ ਤੁਹਾਡੇ ਤੇ ਸਾਨ ਨਹੀਂ ਕੋਈ ਮੈਂ ਵੱਡਾ ਬੰਦਾ ਨਹੀਂ ਆਮ ਬੰਦਾ ਇੱਕ ਮੈਂ ਤੇ ਅੱਲਾਹ ਪਾਕ ਨੇ ਜਿਹੜਾ ਹੈ ਨਾ ਤੁਹਾਡੇ ਵਾਸਤੇ ਟੋਰਿਆ ਹੈ ਬਿਲਕੁਲ ਟਿੱਡੂ ਦਵਾ ਦਿੰਦੇ ਹੋ ਦਵਾਵਾਂ ਦੀ ਲੋੜ ਇਹ ਅੱਲਾਹ ਪਾਕ ਨੇ ਤੁਹਾਡੇ ਵਾਸਤੇ ਟੋਰਿਆ ਤੇ ਬਸ ਦਵਾਕਾਰ ਛੜਿਓ ਹੋਰ ਕਿਸੇ ਸ਼ਾਇਦ ਦੀ ਸਾਨੂੰ ਨਹੀਂ ਜ਼ਰੂਰਤ ਇਹ ਮਾ ਜੀ ਜੁੱਤੀ ਪਾਕ ਵੇਖੋ ਤੁਹਾਡੇ ਪੂਰੀ ਹੈ ਆ ਜੁੱਤੀ ਆਂਦੀ ਮਾਂ ਜੀ ਦੀ ਹੁਣ ਪਤਾ ਨਹੀਂ ਨੰਬਰ ਇਹਨਾਂ ਦਾ ਪੂਰਾ ਹੈ ਯਾਨੀ ਹਾਂ ਹਾਂ 1 ਮਿੰਟ ਖਲੋਜੋ ਪੂਰੀ ਹੈ ਜੁੱਤੀ ਪੂਰੀ ਤੇ ਇਹ ਹੁਣ ਸਰਦੀ ਦੀ ਬੱਚੇ ਦਾ ਪੈਰ ਨਹੀਂ ਤੇ ਤੁਸੀਂ ਬਗੈਰ ਦੀ ਬੈਠੇ ਹੋ ਬੱਚੇ ਜੇ ਬੰਦੇ ਬਾਦ ਦਵਾ ਕਰ ਰਣੀ ਹੈ ਹਾਂ ਦੂਜੀ ਵੀ ਪਾ ਲਓ ਚਲ ਬਾਦ ਹੀ ਪਾ ਲਈ ਹੁਣ ਤੁਸੀਂ ਨਿੰਗੇ ਹੋਏ ਹੋ ਤੇ ਆ ਦੇ ਵਿੱਚ ਬੈ ਜਾਓ ਇਹ ਜਿਹੜਾ ਨਾ ਮਾਂ ਜੀ ਇਹ ਮੈਂ ਉੱਤੇ ਆਪਣਾ ਤਰੋੜਾ ਇਹ ਵੇਖੋ ਇਹ 20 ਕਿਲੋ ਆਟਾ ਹੈ ਬੋਰੀ ਇਹ 20 ਕਿਲੋ ਦੀ ਆਟਾ ਹੈ ਠੀਕ ਹੈ ਤੇ ਆਦੇ ਵਿੱਚ ਨਾ ਸਾਰਾ ਸਮਾਨ ਹੈ ਤੁਹਾਡਾ ਘਰ ਦਾ ਜਿਹੜਾ ਤੁਹਾਨੂੰ ਜ਼ਰੂਰਤ ਹੈ ਨਾਂ ਨਾਲਾ ਸਾਬਣ ਵੀ ਆਇਆ ਹੈ ਇਹ ਮੇਰੇ ਤੁਰਾਈ ਕਿਦੇ ਨਾਈ ਕਿਦੇ ਉਹ ਵੀ ਮੈਂ ਤੁਹਾਨੂੰ ਦੇ ਜਾਂਦਾ ਤੁਹਾਡਾ ਬਿਸਤਰਾ ਹੀ ਕਿ ਮੈਂ ਤੁਹਾਨੂੰ ਦੇ ਕੇ ਜਾਵਾਂ ਦਾ ਠੀਕ ਹੈ ਨਾ ਜੀ ਜੀ ਮੈਂ ਤੁਹਾਨੂੰ ਦੇ ਕੇ ਜਾਣਾ ਬਿਸਤਰਾ ਤੁਹਾਡਾ ਬਿਸਤਰਾ ਵੀ ਆ ਇਹ ਇਹ 20 ਕਿਲੋ ਦੇ ਆਟੇ ਦੀ ਬੋਰੀ ਹੈ ਇਹਦੇ ਵਿੱਚ ਤੁਹਾਡਾ ਨਹਾਣ ਵਾਲਾ ਸਾਬਣ ਸ਼ੈਂਪੂ ਦਾਲ ਚਿਨੀ ਮਰਚਾਂ ਘਿਓ ਚਾਵਲ ਹੋਰ ਵੀ ਕਾਫੀ ਚੀਜ਼ਾਂ ਨੇ ਤੁਸੀਂ ਖੋਲ ਲਿਓ ਬਾਅਦ ਵਿੱਚ ਨਾਮ ਨਾਲ ਵੇਖ ਲਿਓ ਜਾਂ ਘਰ ਦਾ ਜਿਹੜਾ ਸੌਦਾ ਪੂਰਾ ਮਹੀਨੇ ਦਾ ਮਾਰ ਜਾ ਮਾਰ ਜਾ ਅੱਵਾ ਲੋੜ ਤੇ ਮੈਂ 4 ਮਹੀਨੇ ਮੇਰੀ ਛੁੱਟੀ ਹੈ ਤਾਂ ਮੈਂ ਕੋਸ਼ਿਸ਼ ਕਰਾਂਦਾ ਇਨਸ਼ਾਅੱਲਾ 8 ਮਹੀਨੇ ਅੱਲਾ ਦਾ ਜੇ ਹੁਕਮ ਹੋਇਆ ਤੇ 8 ਮਹੀਨੇ ਇਨਸ਼ਾਅੱਲਾ ਤੁਹਾਨੂੰ ਜਿਸੇ ਤੁਹਾਡੇ ਕੋਲ ਲੰਗਦਾ ਵਰਦਾ ਪੁੱਛਾਂ ਦਾ ਸਮਾਨ ਤੁਹਾਡੇ ਕੋਲ ਘਾਟ ਹੋਇਆ ਤੁਹਾਨੂੰ ਦੇ ਜਾਂ ਕਰਾਂਦਾ ਤੁਸੀਂ ਸਿਰਫ ਦੁਆ ਕਰਨੀ ਹੈ ਕੋਈ ਇਸਾਨ ਨਹੀਂ ਕੋਈ ਸਦਕਾ ਨਹੀਂ ਕੋਈ ਹਰਾਤ ਨਹੀਂ ਇਹ ਅੱਲਾ ਨੇ ਟੋਰਿਆ ਤੁਹਾਡੇ ਵਾਸਤੇ ਤੇ ਮੈਂ ਲੈ ਆਂ ਤੁਹਾਡੇ ਕੋਲ ਅੱਲਾ ਜ਼ਿੰਦਗੀ ਤੰਦਰੁਸਤੀ ਮਾਂ ਜੀ ਹੁਸ਼ ਹੋ ਕੋਈ ਜਾ ਬਿਲਕੁਲ ਰਾਜ ਇਹਦੇ ਕੋਈ ਜਾ ਜੇ ਗੱਲ ਨਹੀਂ ਨਾਂਦੇ ਹਾਂ ਤੇ ਲਾਤ ਕਿਸ ਤਰ੍ਹਾਂ ਗੁਜ਼ਰਦੇ ਪਏ ਨੇ ਇਹ ਮਕਾਨ ਵੀ ਤੁਹਾਡੇ ਟਹਿਣ ਵਾਲੇ ਨੇ ਹਾਂ ਮਾੜਨ ਗੁਜ਼ਾਰਾ ਕਰਨਾ ਹੈ ਗੁਜ਼ਾਰਾ ਕਰਨਾ ਹੈ ਜ਼ਿੰਦਗੀ ਔਖੀ ਗੁਜ਼ਰਦੀ ਬਿਮੜੇ ਤੇ ਜਾਣ ਦੀ ਬਾਤ ਹਾਂ ਮਾੜੀ ਗੁਜ਼ਰਦੀ ਬੇ ਚਲੋ ਮੈਂ ਜਿੰਨੀ ਕੁ ਮੇਰੇ ਕੋ ਕੋਸ਼ਿਸ਼ ਹੋ ਸਕੇ ਇਨਸ਼ਾਅੱਲਾ ਤੁਹਾਡੀ ਮਦਦ ਕਰਾਂ ਦੇ ਤੁਸੀਂ ਸਿਰਫ ਦੁਆ ਕਰ ਸਣੀ ਸਿਰਫ ਮੈਂ ਦੁਆ ਦਾ ਤਲਬਗਾਰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਲੰਮੀ ਜ਼ਿੰਦਗੀ ਦੇ ਤੰਦਰੁਸਤੀ عطا فرمਾਏ ਤੇ ਨਿੱਕਾ ਬੱਚਾ ਤੁਹਾਡਾ ਅੱਲਾਹ ਕਰੇ ਦੇ ਇਨਸ਼ਾਅੱਲਾ ਜਵਾਨ ਹੋਵੇ ਦਾ ਸਾਰਾ ਬਣੇ ਦਾ ਤੁਹਾਡਾ ਸ਼ੁਕਰੀਆ ਨਾਜ਼ਰੀਨ ਜਿਹੜੀ ਵੀਡੀਓ ਮੈਂ ਤੁਹਾਨੂੰ ਵਿਖਾਈ ਇਹਨਾਂ ਦਾ ਘਰ ਦਾ ਵਿਜ਼ਿਟ ਵੀ ਤੁਹਾਨੂੰ ਕਰਾਇਆ ਤੇ ਮਾਈਏਰੀ ਕਾਫੀ ਜ਼ਿਆਦਾ ਵਢੇਰੇ ਨੇ ਤੇ ਤੁਸੀਂ ਉਹਨਾਂ ਦੀ ਹਾਲਤ ਵੀ ਵੇਖੀ ਆ ਵਾ ਮੰਜੀਤੀ ਬਹੁਤ ਮੁਸ਼ਕਲ ਹੋ ਉੱਠ ਸਕਦੇ ਹੇ ਤੇ ਉਹ ਕਹਿੰਦੇ ਨੇ ਮਨੂੰ ਜਿਹੜਾ ਨਾ ਇੱਕ ਬਿਸਤਰਾ ਵੀ ਚਾਹੀਦਾ ਗਰਮ ਤੇ ਮੈਂ ਇਨਸ਼ਾਅੱਲਾ ਉਹਨਾਂ ਨਾਲ ਵਾਦਾ ਕੀਤਾ ਹੈ ਹੁਣ ਉਹਨਾਂ ਦੇ ਵਢਵਲੇ ਮੈਂ ਪਹਿਲੇ ਟਾਈਮ ਇਨਸ਼ਾਅੱਲਾ ਇਹਨਾਂ ਨੂੰ ਬਿਸਤਰਾ ਦੇ ਕੇ ਜਾਵਾਂ ਦਾ ਤੇ ਇਹ ਵੀਡੀਓ ਸਿਰਫ ਔਰ ਸਿਰਫ ਮੇਰਾ ਬਣਾਉਣ ਦਾ ਮਕਸਦ ਇਹ ਹਾ ਕਿ ਜਿਸ ਤਰ੍ਹਾਂ ਮਨੂ ਤਹਰੀਕ ਮਿਲੀ ਹੈ ਕਿਸੇ ਨੂੰ ਵੇਖ ਕੇ ਤੇ ਇਸ ਤਰ੍ਹਾਂ ਤੁਹਾਨੂੰ ਵੀ ਸ਼ਾਇਦ ਕਿਸੇ 100 ਬੰਦੇ ਵਿੱਚ ਇੱਕ ਨੂੰ ਤਹਰੀਕ ਮਿਲ ਜੇ ਮੈਂ ਪਹਿਲੇ ਵੀ ਦੱਸਿਆ ਹੁਣ ਵੀ ਦੱਸਿਆ ਮੇਰਾ ਸਿਰਫ ਔਰ ਸਿਰਫ ਮਕਸਦ ਇਹ ਹੈ ਇਸ ਵਜ੍ਹਾ ਤੋਂ ਹੋਰ ਮੇਰਾ ਸ਼ੋਅ ਆਫ ਕਰਨਾ ਕੋਈ ਮਕਸਦ ਨਹੀਂ ਨਾ ਮੈਂ ਐਡਾ ਅਮੀਰ ਆ ਨਾ ਮੈਂ ਕੋਠੀਆਂ ਗੱਡੀਆਂ ਵਾਲਾ ਇੱਕ ਆਮ ਜਿਹਾ ਬੰਦਾ ਵਾਂ ਤੇ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਮਨੂ ਕਿਸੇ ਬੰਦੇ ਦੱਸਿਆ ਇਹਨਾਂ ਦੇ ਹਾਲਾਤ ਬੜੇ ਤੰਗ ਨੇ ਪੂਰੇ ਮਹੀਨੇ ਦਾ ਮੈਂ ਇਹਨਾਂ ਰਾਸ਼ਨ ਲਿਆ ਕੇ ਦਿੱਤਾ ਮਾਈਆਂ ਨੇ ਆਖਿਆ ਮੇਰੇ ਕੋਲ ਜੁੱਤੀ ਕੋਣੀ ਉਹਨਾਂ ਨੇ ਬੰਦ ਜੁੱਤੀ ਲਿਆ ਕੇ ਦਿੱਤੀ ਏ ਉਹ ਕਹਿੰਦੇ ਹੁਣ ਬਿਸਤਰਾ ਕੋਣੀ ਜਿਹੜਾ ਸਰਦੀ ਲੱਗਦੀ ਏ ਤੇ ਮੈਂ ਇਨਸ਼ਾਅੱਲਾ ਉਹਨਾਂ ਨੂੰ ਬਿਸਤਰਾ ਵੀ ਲਿਆ ਕੇ ਦਵਾਂਗਾ ਤੇ ਸਿਰਫ ਔਰ ਸਿਰਫ ਵੀਡੀਓ ਇਸ ਗੱਲੇ ਬਣਾਈ ਆਈਏ ਕਿ ਤੁਹਾਨੂੰ ਇਹ ਵੇਖ ਕੇ ਤਹਰੀਕ ਲੱਗੇ ਤੇ ਇਹ ਜਿਹੜਾ ਸਕਰੀਨ ਤੇ ਤੁਹਾਨੂੰ ਨੰਬਰ ਨਜ਼ਰ ਆ ਰਿਹਾ ਮੇਰਾ ਮੋਬਾਈਲ ਨੰਬਰ ਵੀ ਹੈ WhatsApp ਨੰਬਰ ਵੀ ਹੈ ਇਹ ਨੰਬਰ ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਲਓ ਅਗਰ ਕੋਈ ਬੰਦਾ ਇਹਨਾਂ ਦੀ ਮਦਦ ਮਦਦ ਕਰਨਾ ਚਾਹੁੰਦਾ ਹੈ ਜਿੰਨੇ ਪੈਸੇ ਕੋਈ ਬੰਦਾ ਭੇਜੇਦਾ ਬਕਾਇਦਾ ਵੀਡੀਓ ਨਾਲ ਪ੍ਰੂਫ ਨਾਲ ਉਸ ਹੱਕਦਾਰ ਤੱਕ ਉਹ ਅਗ ਪਹੁੰਚਾਇਆ ਜਾਏਦਾ ਇਨਸ਼ਾਅੱਲਾ ਇਹ ਮਾਨਤ ਹੋਵੇਦੀ ਤੇ ਮੈਂ ਵੀਡੀਓ ਵਿੱਚ ਨੰਬਰ ਆਪਣਾ ਦੇ ਰਿਹਾ ਅਗਰ ਕੋਈ ਬੰਦਾ ਰਾਬਤਾ ਕਰਕੇ ਕਿਸੇ ਬੰਦੇ ਦੀ ਵੀ ਮਦਦ ਕਰਨਾ ਚਾਹਵੇ ਨਾਲ ਵਾਲੇ ਘਰ ਵਾਲੇ ਨੇ ਉਹਨਾਂ ਵੀ ਆਖਿਆ ਕਿ ਸਾਡੇ ਹਾਲਾਤ ਬੜੇ ਖਰਾਬ ਨੇ ਤੇ ਸਾਡੀ ਵੀ ਮਦਦ ਮਦਦ ਕਰੋ ਤੇ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਤੇ ਇਹ ਆਪਣੇ ਕੰਮ ਨੂੰ ਅੰਗ ਲੈ ਕੇ ਟੁਰਨਾ ਜਿੰਨੀ ਮੇਰੇ ਕੋਲ ਮਦਦ ਹੋ ਸਕੇ ਜਿੰਨੀ ਤੁਸੀਂ ਭੇਜੋਦੇ ਇਨਸ਼ਾਅੱਲਾ ਮੈਂ ਕੋਸ਼ ਆਇਆ ਜਾਏ ਤੇ ਮੇਰੀ ਸਾਰੇ ਭਰਾਵਾਂ ਅਗੇ ਦਰਹਾਸਤੇ 2 4000 5000 ਨਾਲ ਕੁਝ ਵੀ ਨਹੀਂ ਹੁੰਦਾ ਲੱਖਾਂ ਕਮਾਉਂਦੇ ਹੋ ਕਰੋੜਾਂ ਕਮਾਉਂਦੇ ਹੋ ਹਜ਼ਾਰਾਂ ਕਮਾਉਂਦੇ ਹੋ ਅਰਬਾਂ ਕਮਾਉਂਦੇ ਹੋ ਉਦੇ ਚ 4 5000 ਬੰਦਾ ਇੱਕ ਮਹੀਨੇ ਦੋ ਮਹੀਨੇ ਬਾਅਦ ਕਿਸੇ ਗਰੀਬ ਨੂੰ ਦੇ ਸੜੇ ਕੁਝ ਨਹੀਂ ਹੁੰਦਾ ਅਗਲੇ ਗਰੀਬ ਦਾ ਭਲਾ ਹੋ ਜਾਂਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਅੱਲਾ ਨਾਲ ਹੀ ਕਿਸਮ ਦੀ ਤੁਸੀਂ ਤਜਾਰਤ ਕਰਦੇ ਹੋ ਜਿਹੜਾ ਸਦਕਾ ਦਿੰਦੇ ਹੋ ਨਾ ਸਦਕਾ ਹਰ ਰਾਤ ਤੇ ਇਸ ਤਰ੍ਹਾਂ ਅਗਰ ਜੇ ਤੁਸੀਂ ਬੰਦਾ ਸਾਰੇ ਕੰਮ ਸ਼ੁਰੂ ਕਰਦੇ ਪੈਸੇ ਦੇ ਨੇ ਤੇ ਕੋਈ ਬੰਦਾ ਗਰੀਬ ਨਾ ਰਵੇ ਤੇ ਮੈਂ ਇੱਕ ਛੋਟੀ ਜੀ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਇੱਕ ਅਦ ਹੈ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਇਹ ਵੀਡੀਓ ਵੇਖ ਕੇ ਰਾਬਤਾ ਕਰੋ ਦੇ ਤੇ ਇਹ ਗਰੀਬ ਬੰਦਿਆਂ ਵਾਸਤੇ ਕੁਝ ਨਾ ਕੁਝ ਤੁਸੀਂ ਪੈਸੇ ਭੇਜੋ ਦੇ ਤੁਸੀਂ ਪੈਸੇ ਭੇਜੋ ਦੇ ਉਹ ਤੁਹਾਡੀ ਇਮਾਨਤ ਹੋਵੇ ਦੀ ਉਹ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸਾਂ ਦਾ ਤੁਹਾਡਾ ਨਾਮ ਵੀ ਲਵਾਂ ਦਾ ਕਿ ਫਲਾਣੇ ਬੰਦੇ ਭੇਜੇ ਨੇ ਤੇ ਇਹ ਅਸੀਂ ਦੇ ਰਹੇ ਹਾਂ ਪੈਸੇ ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਈ ਹੈ ਵਧੀ ਵੀਡੀਓ ਪਸੰਦ ਆਏ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਇਨਸ਼ਾਅੱਲਾ ਅਗਲੀ ਵੀਡੀਓ 'ਚ ਦੁਬਾਰਾ ਮੈਂ ਹਾਜ਼ਰ ਹਾਂ ਦਾ ਤੁਹਾਡੀ ਖਿਦਮਤ ਵਿੱਚ ਉਸ ਵਕਤ ਤੱਕ ਮਨੂ ਦੋ ਇਜਾਜ਼ਤ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ